ਸਾਹਿਬ ਮੋਰਚੇ ਵੱਲੋਂ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਸੀਗਾ ਕਿ ਜਿੰਨੇ ਵੀ ਚੰਡੀਗੜ੍ਹ ਨੂੰ ਟੋਲ ਪਲਾਜ਼ੇ ਜਾਂਦੇ ਆ ਉਹ 3 ਘੰਟੇ ਦੇ ਲਈ ਬੰਦ ਕੀਤੇ ਜਾਣਗੇ। 11 ਤੋਂ 2 ਵਜੇ ਤੱਕ ਜਿਹੜੇ ਆ ਉਹ ਟੋਲ ਪਲਾਜ਼ੇ ਫ੍ਰੀ ਨੇ, ਲੋਕਾਂ ਤੋਂ ਕੋਈ ਵੀ ਜਿਹੜਾ ਪੈਸਾ ਨਹੀਂ ਲਿਆ ਜਾਊਗਾ। ਅਤੇ ਇਹਦਾ ਮਤਲਬ ਇਹ ਆ ਕਿ ਅਸੀਂ ਜਿਹੜਾ ਹੈਗਾ ਚਾਹੁੰਦੇ ਹਾਂ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ ਅਤੇ ਜਲਦ ਜਿਹੜੀ ਸਰਕਾਰ ਆ ਕੋਈ ਜਲਦ ਫੈਸਲਾ ਲਵੇ ਅਤੇ ਇਹਦੇ ਸੰਬੰਧ ਵਿੱਚ ਜਲਦ ਇੱਕ ਕੌਮੀ ਸਾਹਿਬ ਮੋਰਚੇ ਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ ਉਲੀਕੀ ਜਾਊਗੀ ਅਤੇ ਜਿਹਦਾ ਫੈਸਲਾ ਕਰਕੇ ਅਗਲਾ ਸੰਘਰਸ਼ ਜਿਹੜਾ ਉਲੀਕਿਆ ਜਾਊ। ਅਸੀਂ ਮੈਂ ਸਰਬਜੀਤ ਸਿੰਘ ਸ਼ਹਿਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਰੋਪੜ, ਇਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ 3 ਘੰਟੇ ਟੋਲ ਫਰੀ ਕਰਨ ਦਾ ਜਿਹੜਾ ਕਾਲ ਆਈ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਇਕੱਤਰ ਹੋਏ ਹਾਂ। ਸਾਡੇ ਸਾਰੇ ਆਪਣੇ ਸੰਘਰਸ਼ ਯੋਧਿਆਂ ਦੀ ਅਲੱਗ ਅਲੱਗ ਡਿਊਟੀਆਂ ਲੱਗੀਆਂ ਹੋਈਆਂ ਨੇ ਜਿੱਥੇ ਇੱਥੇ ਡਿਊਟੀ ਆਪਣੀ ਨਿਭਾ ਰਹੇ ਹਾਂ ਅਤੇ ਜੋ ਅਗਲਾ ਸੰਘਰਸ਼ ਹੋਊਗਾ। ਹੁਣ ਗੱਲ ਇਹ ਆ, ਇਹ ਆਮ ਤੌਰ 'ਤੇ ਕਹਿੰਦੇ ਇੱਕ ਭਾਰਤ ਇੱਕ ਕਾਨੂੰਨ ਬਣਾਉਂਦੇ ਆ, ਲੇਕਿਨ ਨਹੀਂ, ਇਹ ਗਲਤ ਨੇ। ਸਾਡੇ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ, ਬਾਕੀ ਭਾਰਤੀਆਂ ਵਾਸਤੇ ਕਾਨੂੰਨ ਹੋਰ ਹੈ। ਇਹ ਜਿਹੜਾ ਸੰਘਰਸ਼ ਚੱਲ ਰਿਹਾ, ਇਹ ਜਿਹੜੇ ਸਾਡੇ ਬੰਦੀ ਸਿੰਘ ਇਹਨਾਂ ਨੇ ਕੈਦ ਕੀਤੇ ਹੋਏ ਨੇ, ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕਰਿਆ। ਕਿਉਂਕਿ ਜੇ ਇਹ ਗਲਤ ਨੇ ਤਾਂ ਬੇਅੰਤ ਬੁੱਚੜ ਵਰਗੇ KPS ਗਿੱਲ ਜਾਂ ਹੋਰ ਜਿੰਨੇ ਵੀ ਅਫਸਰ ਸੀ ਜਿਨ੍ਹਾਂ ਨੇ ਕੋਈ ਬੰਦੇ ਮਾਰੇ ਨੇ, ਬੱਚੇ ਮਾਰੇ ਨੇ, ਅਤੇ ਉਹ ਵੀ ਤਾਂ ਅੱਤਵਾਦੀ ਹੋਏ ਫਿਰ। ਇਸ ਕਰਕੇ ਬਈ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਨਸਾਫ ਹੋਣਾ ਚਾਹੀਦਾ। ਹੁਣ ਜਿਹੜਾ ਬਲਾਤਕਾਰੀ ਹੈ ਤੁਹਾਡਾ, ਉਹਦੀ ਗੱਲ ਆਮ ਚੱਲਦੀ ਹੈ, ਕਿਉਂ ਉਹ ਬਲਾਤਕਾਰੀ ਵੀ ਹੈ ਅਤੇ ਉਹ ਕਾਤਲ ਵੀ ਹੈ। ਜਿਹੜੇ ਸਾਡੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੇ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕਰਿਆ, ਠੀਕ ਆ। ਜੇ ਉਹਨਾਂ ਨੇ ਉਹ ਕੰਮ ਕਰਿਆ ਬਿਆਨਤੇ ਬੁੱਚੇ ਨੂੰ ਮਾਰਿਆ, ਉਹਨਾਂ ਮੁੱਕਰੇ ਨਹੀਂ। ਅਗਰ ਉਹ ਮੁੱਕਰਦੇ ਵੀ ਅਸੀਂ ਇਹ ਕੰਮ ਨਹੀਂ ਕਰਿਆ, ਫਿਰ ਸੀ ਉਹ ਤਾਂ ਕਹਿੰਦੇ ਵੀ ਹਾਂ ਅਸੀਂ ਕਰਿਆ। ਇਸ ਕਰਕੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜਦਕਿ 2 ਸਾਲ ਪਹਿਲਾਂ ਮੋਦੀ ਨੇ ਐਲਾਨ ਵੀ ਕਰਿਆ ਸੀਗਾ ਬੰਦੀ ਸਿੰਘਾਂ ਰਿਹਾਅ ਕਰਨ ਦਾ, ਲੇਕਿਨ ਉਹ ਨਹੀਂ ਕਰੇ। ਇਹ ਜਿਹੜਾ ਕੇਜਰੀਵਾਲ ਹੈ, ਕੇਜਰੀਵਾਲ ਵੀ RSS ਦੀ ਬੁੱਕਲ 'ਚ ਬੈਠਾ, ਇਹਦੇ ਕੋਲ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਫਾਈਲ ਪਈ ਆ, ਉਹ ਤਾਂ ਸਾਈਨ ਨਹੀਂ ਕਰ ਰਿਹਾ ਕੇਜਰੀਵਾਲ, ਔਰ ਇਹ ਨਾ ਭਗਵੰਤ ਮਾਨ ਵੀ ਉਹਨਾਂ ਨਾਲ ਦੋਸ਼ੀ ਹੈ। ਇਸ ਕਰਕੇ ਬਾਕੀ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਸਾਨੂੰ ਅਗਲੀ ਰਣਨੀਤੀ ਤਿਆਰ ਕਰਨ ਨੂੰ ਕਹਿਣਗੇ ਜਾਂ ਕਰਨਗੇ, ਅਸੀਂ ਜ਼ਰੂਰ ਪਹੁੰਚਾਂਗੇ, ਅਸੀਂ ਹਰੇਕ ਉਹਨਾਂ ਦੇ ਫੁੱਲ ਚੜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮੋਰਚੇ ਵੱਲੋਂ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਸੀਗਾ ਕਿ ਜਿੰਨੇ ਵੀ ਚੰਡੀਗੜ੍ਹ ਨੂੰ ਟੋਲ ਪਲਾਜ਼ੇ ਜਾਂਦੇ ਆ ਉਹ 3 ਘੰਟੇ ਦੇ ਲਈ ਬੰਦ ਕੀਤੇ ਜਾਣਗੇ। 11 ਤੋਂ 2 ਵਜੇ ਤੱਕ ਜਿਹੜੇ ਆ ਉਹ ਟੋਲ ਪਲਾਜ਼ੇ ਫ੍ਰੀ ਨੇ, ਲੋਕਾਂ ਤੋਂ ਕੋਈ ਵੀ ਜਿਹੜਾ ਪੈਸਾ ਨਹੀਂ ਲਿਆ ਜਾਊਗਾ। ਅਤੇ ਇਹਦਾ ਮਤਲਬ ਇਹ ਆ ਕਿ ਅਸੀਂ ਜਿਹੜਾ ਹੈਗਾ ਚਾਹੁੰਦੇ ਹਾਂ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ ਅਤੇ ਜਲਦ ਜਿਹੜੀ ਸਰਕਾਰ ਆ ਕੋਈ ਜਲਦ ਫੈਸਲਾ ਲਵੇ ਅਤੇ ਇਹਦੇ ਸੰਬੰਧ ਵਿੱਚ ਜਲਦ ਇੱਕ ਕੌਮੀ ਸਾਹਿਬ ਮੋਰਚੇ ਦੀ ਜਨਤਕ ਜਥੇਬੰਦੀਆਂ ਦੀ ਮੀਟਿੰਗ ਉਲੀਕੀ ਜਾਊਗੀ ਅਤੇ ਜਿਹਦਾ ਫੈਸਲਾ ਕਰਕੇ ਅਗਲਾ ਸੰਘਰਸ਼ ਜਿਹੜਾ ਉਲੀਕਿਆ ਜਾਊ। ਅਸੀਂ ਮੈਂ ਸਰਬਜੀਤ ਸਿੰਘ ਸ਼ਹਿਰੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਰੋਪੜ, ਇਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ 3 ਘੰਟੇ ਟੋਲ ਫਰੀ ਕਰਨ ਦਾ ਜਿਹੜਾ ਕਾਲ ਆਈ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਇਕੱਤਰ ਹੋਏ ਹਾਂ। ਸਾਡੇ ਸਾਰੇ ਆਪਣੇ ਸੰਘਰਸ਼ ਯੋਧਿਆਂ ਦੀ ਅਲੱਗ ਅਲੱਗ ਡਿਊਟੀਆਂ ਲੱਗੀਆਂ ਹੋਈਆਂ ਨੇ ਜਿੱਥੇ ਇੱਥੇ ਡਿਊਟੀ ਆਪਣੀ ਨਿਭਾ ਰਹੇ ਹਾਂ ਅਤੇ ਜੋ ਅਗਲਾ ਸੰਘਰਸ਼ ਹੋਊਗਾ। ਹੁਣ ਗੱਲ ਇਹ ਆ, ਇਹ ਆਮ ਤੌਰ 'ਤੇ ਕਹਿੰਦੇ ਇੱਕ ਭਾਰਤ ਇੱਕ ਕਾਨੂੰਨ ਬਣਾਉਂਦੇ ਆ, ਲੇਕਿਨ ਨਹੀਂ, ਇਹ ਗਲਤ ਨੇ। ਸਾਡੇ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ, ਬਾਕੀ ਭਾਰਤੀਆਂ ਵਾਸਤੇ ਕਾਨੂੰਨ ਹੋਰ ਹੈ। ਇਹ ਜਿਹੜਾ ਸੰਘਰਸ਼ ਚੱਲ ਰਿਹਾ, ਇਹ ਜਿਹੜੇ ਸਾਡੇ ਬੰਦੀ ਸਿੰਘ ਇਹਨਾਂ ਨੇ ਕੈਦ ਕੀਤੇ ਹੋਏ ਨੇ, ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕਰਿਆ। ਕਿਉਂਕਿ ਜੇ ਇਹ ਗਲਤ ਨੇ
ਜਾਂ ਬੇਅੰਤ ਬੁੱਚੜ ਵਰਗੇ KPS ਗਿੱਲ ਜਾਂ ਹੋਰ ਜਿੰਨੇ ਵੀ ਅਫਸਰ ਸੀ ਜਿਨ੍ਹਾਂ ਨੇ ਕੋਹ ਕੋ ਬੰਦੇ ਮਾਰੇ ਨੇ, ਬੱਚੇ ਮਾਰੇ ਨੇ, ਅਤੇ ਉਹ ਵੀ ਤਾਂ ਅੱਤਵਾਦੀ ਹੋਏ ਫਿਰ। ਇਸ ਕਰਕੇ ਬਈ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਨਸਾਫ ਹੋਣਾ ਚਾਹੀਦਾ। ਹੁਣ ਜਿਹੜਾ ਬਲਾਤਕਾਰੀ ਹੈ ਤੁਹਾਡਾ, ਉਹਦੀ ਗੱਲ ਆਮ ਚੱਲਦੀ ਹੈ ਕਿ ਉਹ ਬਲਾਤਕਾਰੀ ਵੀ ਹੈ ਅਤੇ ਉਹ ਕਾਤਲ ਵੀ ਹੈ। ਜਿਹੜੇ ਸਾਡੇ ਸਿੰਘ ਬੰਦੀ ਸਿੰਘ ਨੇ, ਉਹਨਾਂ ਨੇ ਕਿਸੇ ਨਾ ਕੋਈ ਗਲਤ ਕੰਮ ਨਹੀਂ ਕਰਿਆ, ਠੀਕ ਆ। ਜੇ ਉਹਨਾਂ ਨੇ ਕੰਮ ਕਰਿਆ ਬੇਅੰਤੇ ਬੁੱਚੜ ਨੂੰ ਮਾਰਿਆ, ਉਹਨਾਂ ਮੁੱਕਰੇ ਨਹੀਂ। ਅਗਰ ਉਹ ਮੁੱਕਰਦੇ ਵੀ ਅਸੀਂ ਇਹ ਕੰਮ ਨਹੀਂ ਕਰਿਆ, ਫਿਰ ਸੀ ਉਹ ਤਾਂ ਕਹਿੰਦੇ ਵੀ ਹਾਂ ਅਸੀਂ ਕਰਿਆ। ਇਸ ਕਰਕੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜਦ ਕਿ 2 ਸਾਲ ਪਹਿਲਾਂ ਮੋਦੀ ਨੇ ਐਲਾਨ ਵੀ ਕਰਿਆ ਸੀਗਾ ਬੰਦੀ ਸਿੰਘਾਂ ਰਿਹਾਅ ਕਰਨ ਦਾ, ਲੇਕਿਨ ਉਹ ਨਹੀਂ ਕਰੇ। ਇਹ ਜਿਹੜਾ ਕੇਜਰੀਵਾਲ ਹੈ, ਕੇਜਰੀਵਾਲ ਵੀ RSS ਦੀ ਬੁੱਕਲ 'ਚ ਬੈਠਾ। ਇਹਦੇ ਕੋਲ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਫਾਈਲ ਪਈ ਆ, ਉਹਦੇ ਸਾਈਨ ਨਹੀਂ ਕਰ ਰਿਹਾ ਕੇਜਰੀਵਾਲ, ਔਰ ਇਹ ਨਾ ਭਗਵੰਤ ਮਾਨ ਵੀ ਉਹਨਾਂ ਨਾਲ ਦੋਸ਼ੀ ਹੈ। ਇਸ ਕਰਕੇ ਬਾਕੀ ਜੋ ਕੌਮੀ ਇਨਸਾਫ ਮੋਰਚੇ ਵੱਲੋਂ ਸਾਨੂੰ ਅਗਲੀਆਂ ਰਣਨੀਤੀ ਤਿਆਰ ਕਰਨ ਨੂੰ ਕਹਿਣ ਜਾ ਸਕਣਗੇ, ਅਸੀਂ ਜ਼ਰੂਰ ਪਹੁੰਚਾਂਗੇ, ਹਰੇਕ ਉਹਨਾਂ ਦੇ ਫੁੱਲ ਚੜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।